ਨਾਨਕ ਪਾਤਸ਼ਾਹ, ਦਸਮੇਸ਼ ਪਾਤਸ਼ਾਹ ਜਿੱਥੇ ਜਿੱਥੇ ਗਏ ਲੋਕਾਂ ਨੂੰ ਉੱਥੇ ਆਪਣੇ ਘਰ ਬਣਾ ਤੇ ਮਹਾਰਾਜ ਦੇ ਗੁਰੂ ਦਾ ਦੁਆਰ, ਗੁਰਦੁਆਰ, ਗੁਰੂ ਦਾ ਘਰ, ਗੁਰੂ ਦਾ ਹਾਊਸ, ਗੁਰੂ ਦਾ ਪਲੇਸ, ਗੁਰੂ ਦੇ ਟੈਂਪਲ, ਉਹਨੂੰ ਤੁਸੀਂ ਰੱਬ ਕਹਿ ਕੇ ਮੰਨ। ਅਸੀਂ ਵੀ ਕਹਿੰਦੇ ਹਾਂ ਕਿ ਉਹ ਰੱਬ ਹੈ। ਅਤੇ ਜੇ ਤੁਸੀਂ ਆਪੋ 'ਚ ਪਿਆਰ ਕਰੋ, ਕੋਈ ਫਿਰਕਾ ਪ੍ਰਸਤ ਨਾ ਕਰੋ, ਜਿਹੜਾ ਤੁਹਾਨੂੰ ਫਿਰਕਾ ਪ੍ਰਸਤ 'ਚ ਪਾਉਂਦਾ ਹੈ, ਲੜਾਉਂਦਾ ਹੈ, ਉਹ ਤੁਹਾਡਾ ਰੱਬ ਨਹੀਂ ਹੋ ਸਕਦਾ। ਕਿਉਂਕਿ ਰੱਬ ਦੇ ਸਾਂਝੇ ਸਾਰੇ ਪੁੱਤਰ ਨੇ। ਰੱਬ ਨੇ ਕਦੇ ਕਿਸੇ ਨੂੰ ਲੜਾਉਣਾ ਨਹੀਂ, ਸਾਂਝੇ ਵੀ ਕਦੇ ਲੜਾਉਣ ਵਾਸਤੇ ਨਹੀਂ ਆਉਂਦੇ, ਸਾਨੂੰ ਸਗੋਂ ਜੋੜਨ ਵਾਸਤੇ ਆਉਂਦੇ ਨੇ। ਜਦੋਂ ਵੀ ਖਤਰਾ ਪਿਆ ਸੰਤਾਂ ਦਾ, ਇਹ ਨਹੀਂ ਅੱਜ ਖਤਰਾ ਪਿਆ ਕਿ ਹੁਣ ਸੰਤਾਂ ਦਾ ਯਾਰਾ ਖਤਰਾ ਹੈ, ਨਹੀਂ, ਸੰਤਾਂ ਦਾ ਸ਼ੁਰੂ ਦਾ ਖਤਰਾ ਰਿਹਾ। ਕਿਉਂਕਿ ਇਹਨਾਂ ਨੇ ਸੱਚ ਤੋਂ ਕਦੇ ਡਰਨਾ ਨਹੀਂ ਹੈ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਨਾਤੀ ਸੱਚ ਕੀ ਬੇਟਾ। ਕਿ ਨਾਨਕ ਪਾਤਸ਼ਾਹ ਨੇ ਜੋ ਕੁਛ ਵੀ ਕਹਿਣਾ ਸੀ ਨਾ, ਅਗਲੇ ਦੇ ਮੁੱਖ 'ਤੇ ਕਹਿ ਦੇਣਾ। ਸੰਤ ਜੋ ਕੁਛ ਵੀ ਕਹਿੰਦੇ ਨੇ ਅਗਲੇ ਦੇ ਸਾਹਮਣੇ ਕਹਿ ਦਿੰਦੇ, ਪਿੱਛੋਂ ਕੁਛ ਨਹੀਂ ਆਖਦੇ। ਕਿਉਂਕਿ ਉਹਨਾਂ ਨੂੰ ਪਤਾ ਸਾਡਾ ਇੰਜਾਮ ਕੀ ਹੈ, ਸਾਡਾ ਆਖਰ ਦਾ ਜਿਹੜਾ ਮਕਸਦ, ਸਾਡਾ ਮੂਲ ਕੀ ਹੈ, ਸਾਡਾ ਇਰਾਦਾ, ਸਾਡੀ ਹਕੀਕ ਕੀ ਹੈ, ਅਸਾਂ ਪਹੁੰਚਣਾ ਕਿੱਥੇ ਹੈ, ਉਹ ਹੈ ਮਾਲਕ ਦਾ ਘਰ। ਅਤੇ ਜੱਗ ਵਾਲਿਆਂ ਨੂੰ ਮਾਰਿਆ, ਇਤਿਹਾਸ ਨੇ ਹਮੇਸ਼ਾ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ, ਤਵਾਰੀਖਾਂ ਨੇ ਉਹਨਾਂ ਨੂੰ ਆਪਣੇ ਵਿੱਚ ਮਸਲਣ ਦੀ ਕੋਸ਼ਿਸ਼ ਕੀਤੀ ਹੈ, ਮਗਰ ਉਹ ਸੁੱਚੇ ਮੋਤੀ ਵਾਂਗੂ, ਲਾਲ ਵਾਂਗੂ, ਚਿੱਕੜ 'ਚ ਪਏ ਹੋਏ ਵੀ ਲਾਲ ਰਹੇ, ਉਹਨਾਂ ਨੂੰ ਕੋਈ ਦੱਬ ਨਹੀਂ ਸਕਿਆ। ਇਤਿਹਾਸ ਬੋਲੋ ਅਤੇ ਸ਼ਰਮ ਕਿਸੇ ਲਿਆ ਜਾਂਦੀ ਹੈ ਕਿ ਪਹਿਲੀ ਪਾਤਸ਼ਾਹ ਨੂੰ ਬਾਬਰ ਨੇ ਕੈਦ ਕਰ ਲਿਆ, ਹਾਲੇ ਕਿ ਚੱਕੀਆਂ ਚਲਾਤੀਆਂ, ਮਲਕ ਭਾਗੋ ਦੇ ਖੂਨ ਕਰ ਦਿੱਤਾ, ਪਰਬਤ ਰੋਕ ਦਿੱਤੇ, ਮਗਰ ਉਸ ਫਿਰ ਵੀ ਉਹਨਾਂ ਨੂੰ ਬਹੁਤ ਚੁਕਾਉਣਾ ਪਿਆ। ਪਿੰਡ ਦੇ ਕਿਸਾਨਾਂ ਨੇ ਆਪਣੇ ਲਾਲਚ ਦੀ ਖਾਤਰ ਇੱਕ ਤਪੇ ਦੇ ਕਹਿਣੇ ਦਿੱਤੇ, ਗੁਰੂ ਅੰਗਦ ਦੇਵ ਜੀ ਮਾਰਾ ਪਿੰਡੋਂ ਬਾਹਰ ਕਰ ਦਿੱਤਾ ਗਿਆ। ਪੰਚਮ ਪਾਤਸ਼ਾਹ ਤੱਤੀ ਨੂੰ ਸੀਆ ਸਹਿਣਾ ਪਿਆ। ਛੇਵੇਂ ਪਾਤਸ਼ਾਹ ਗਵਾਲੀਅਰ ਦੇ ਬੰਦੀ ਬਣਾ ਲਏ ਗਏ। ਨਵੇਂ ਪਾਤਸ਼ਾਹ ਚਾਹੇ ਚਮ ਸੀਸਗੰਜ ਵਿੱਚ ਆਪਣਾ ਸੀਸ ਦਿੱਤਾ। ਸਮਝ ਤੈ ਬਲੇ ਦੀ ਖਲ ਪਤਾਤੀ ਨੂੰ ਸੂਰ ਨੂੰ ਸੂਰੀ ਚਾੜਤਾ ਗਿਆ। ਸੁਕਰਾਤ ਨੂੰ ਯਾਰ ਬੁਲਾਤਾ ਗਿਆ। ਮਹਾਵੀਰ ਦੇ ਕੰਨਾਂ ਵਿੱਚ ਖਿਰ ਠੋਕਦੇ ਗਏ। ਅਸਾਈ ਨੂੰ ਵੀ ਸੂਰੀ ਚਾੜਤਾ ਗਿਆ। ਕੋ ਅੱਜ ਦਾ ਜ਼ੁਲਮ ਹੋ ਰਿਹਾ? ਇਹ ਬਹੁਤ ਚਿਰ ਸੰਤ ਹਮੇਸ਼ਾ ਸਾਨੂੰ ਸੱਚੇ ਪਾਸੇ ਲਿਆਉਣ ਵਾਸਤੇ ਆਉਂਦੇ ਨੇ, ਔਰ ਇਹ ਕਹਿੰਦੇ ਨੇ ਕਿ ਰੱਬ ਇੱਕੋ ਜੇ।